ਸ਼ਲੋਕ ਆਪਾਂ ਸਾਰਿਆਂ ਨੇ ਹੀ ਸ਼ਰਵਣ ਕੀਤਾ ਹੈ। ਸਭ ਤੋਂ ਪਹਿਲਾਂ ਕਲਗੀ ਧਰ ਪਾਤਸ਼ਾਹ ਸਾਹਿਬ ਇਕਬਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਗੁਰਫਤਿਹ ਬੁਲੰਦ ਆਵਾਜ਼ ਵਿੱਚ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ ਇੱਕ ਸਲੋਕ ਬੜੇ ਪਿਆਰ ਦੇ ਨਾਲ ਆਪ ਸਾਰੀਆਂ ਸੰਗਤਾਂ ਨੂੰ ਸ਼ਰਵਣ ਕਰਾ ਰਹੇ ਸੀ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ ਨੰਬਰ 1105 ਦੇ ਉੱਪਰ ਸਮਾਇਮਾਨ ਹੈ। ਬਾਬਾ ਕਬੀਰ ਜੀ ਕਹਿੰਦੇ ਨੇ, ਸਲੋਕ ਕਬੀਰ ਗਗਨ ਦਾ ਮਾਮਾ ਬਾਜਿਓ, ਪਰਿਓ ਨਿਸ਼ਾਨੇ ਘਾਓ, ਖੇਤ ਜੋ ਮਾਂਡਿਓ ਸੂਰਮਾ, ਅਬ ਜੂਜਨ ਕੋ ਦਾਓ, ਸੂਰਾ ਸੋ ਪਹਿਚਾਨੀਏ, ਜੋ ਲਰੈ ਦੀਨ ਕੈ ਹੇਤ, ਪੁਰਜਾ ਪੁਰਜਾ ਕਤ ਮਰੈ ਕਬੋ ਨਾ ਛਾਡੈ ਖੇਤ। ਇੱਕ ਬਹੁਤ ਵੱਡਾ ਵਿਦਵਾਨ ਹੋਇਆ ਮੈਗਾਲਿਕ, ਇੱਕ ਗੱਲ ਲਿਖਦਾ ਆਪਣੀ ਕਿਤਾਬ ਦੇ ਵਿੱਚ, ਕਹਿੰਦੇ ਕਲਗੀ ਧਰ ਪਾਤਸ਼ਾਹ ਸਾਹਿਬ ਇਕਬਾਲ ਗੁਰੂ ਗੋਬਿੰਦ ਸਿੰਘ ਜੀ ਨੂੰ ਦੁਨੀਆਂ ਦਾ ਕੋਈ ਐਸਾ ਦੁੱਖ ਨਹੀਂ ਜਿਹੜਾ ਉਹਨਾਂ ਨੇ ਨਹੀਂ ਵੇਖਿਆ। ਉਹ ਕਹਿੰਦੇ ਗੁਰੂ ਸਾਹਿਬ ਜੀ ਇੱਕ ਬਹੁਤ ਵੱਡੇ ਸੂਰਮੇ ਸਨ, ਗੁਰੂ ਸਾਹਿਬ ਜੀ ਇੱਕ ਚੰਗੇ ਸਮਾਜ ਸੁਧਾਰਕ ਸਨ, ਗੁਰੂ ਸਾਹਿਬ ਜੀ ਇੱਕ ਚੰਗੇ ਯੋਧੇ ਸਨ, ਗੁਰੂ ਸਾਹਿਬ ਜੀ ਇੱਕ ਚੰਗੇ ਵਲੰਟੀਅਰ ਵੀ ਸਨ। ਹੁਣ ਗੁਰੂ ਪਾਤਸ਼ਾਹ ਜੀ ਬਾਰੇ ਵੱਖ ਵੱਖ ਵਿਦਵਾਨਾਂ ਨੇ ਆਪੋ ਆਪਣੀ ਰਾਏ ਦਿੱਤੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਕੌਣ ਸਨ। ਮੈਂ ਅਕਸਰ ਬੇਨਤੀ ਕਰਦਾ ਕਿ ਦੁਨੀਆਂ ਦੇ ਅੰਦਰ ਨਾ ਤਿੰਨ ਤਰ੍ਹਾਂ ਦੇ ਮਨੁੱਖ ਹੁੰਦੇ ਨੇ ਤੇ ਤਿੰਨ ਹੀ ਕਾਰਨ ਹੁੰਦੇ ਨੇ ਜੰਗ ਦੇ, ਧਿਆਨ ਦੇ ਕੇ ਸੁਣਿਓ। ਸਭ ਤੋਂ ਪਹਿਲਾਂ ਜੰਗ ਦਾ ਕਾਰਨ ਹੁੰਦਾ ਹੈ ਜਰ, ਜਰ ਕਹਿੰਦੇ ਨੂੰ ਪੈਸੇ ਨੂੰ। ਦੂਸਰਾ ਹੁੰਦਾ ਹੈ ਜੋਰੂ, ਤੀਸਰਾ ਹੁੰਦਾ ਹੈ ਜ਼ਮੀਨ, ਜਰ ਜੋਰੂ ਤੇ ਜ਼ਮੀਨ। ਚੌਥਾ ਕੋਈ ਕਾਰਨ ਤੁਹਾਨੂੰ ਜੰਗ ਦਾ ਨਹੀਂ ਮਿਲੇਗਾ। ਹੁਣ ਕਲਗੀ ਧਰ ਪਾਤਸ਼ਾਹ ਸਾਹਿਬ ਇਕਬਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬਾਰੇ ਜਦੋਂ ਆਪਾਂ ਵਿਦਵਾਨਾਂ ਨੂੰ ਪੜ੍ਹਦੇ ਹਾਂ, ਗੁਰਬਾਣੀ ਪੜ੍ਹਦੇ ਹਾਂ, ਪੈਸੇ ਦੇ ਨਾਲ ਗੁਰੂ ਸਾਹਿਬ ਜੀ ਦਾ ਕੋਈ ਪਿਆਰ ਨਹੀਂ ਹੈ। ਉਸ ਤੋਂ ਬਾਅਦ ਗੱਲ ਆਉਂਦੀ ਹੈ ਜ਼ਮੀਨ ਦੀ। ਜੇ ਜ਼ਮੀਨ ਦੇ ਨਾਲ ਇੰਨਾ ਪਿਆਰ ਹੁੰਦਾ ਤੇ ਕਲਗੀ ਧਰ ਪਾਤਸ਼ਾਹ ਜੀ ਨੇ ਅਨੰਦਪੁਰ ਦਾ ਕਿਲ੍ਹਾ ਕਦੇ ਵੀ ਛੱਡਣਾ ਨਹੀਂ ਸੀ। ਇਹ ਅਨੰਦਪੁਰ ਦਾ ਕਿਲ੍ਹਾ ਉਹ ਜਗ੍ਹਾ ਹੈ ਜਿਹੜੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਹਿਲੂਰ ਦੇ ਰਾਜੇ ਕੋਲੋਂ ਮੁੱਲ ਖਰੀਦੀ ਸੀ ਤੇ ਉੱਥੇ ਅਨੰਦਪੁਰ ਸ਼ਹਿਰ ਵਸਾਇਆ ਸੀ। ਹੁਣ ਉਹ ਵਿਦਵਾਨ ਲਿਖਦਾ, ਕਹਿੰਦਾ ਤਿੰਨ ਤਰ੍ਹਾਂ ਦੇ ਮਨੁੱਖ ਹੁੰਦੇ ਨੇ। ਇੱਕ ਉਹ ਹੈ ਜਿਹਦਾ ਨਾਮ